रेलवे स्टेशनों पर सुरक्षा के पुख्ता प्रबंध होने के दावे खोखले नजर आ रहे हैं। जब हमारी टीम ने फिरोजपुर रेलवे स्टेशन की सुरक्षा का जायजा लिया तो वहां पर कोई भी अधिकारी ना तो रेल गाड़ियों की और ना ही यात्रियों की चेकिंग करता दिखाई दिया। बॉर्डर एरिया होने के बावजूद भी ये लगता है कि यहां की सुरक्षा भगवान भरोसे ही है। पुलिस की सुरक्षा है इस टाइम कोई नहीं दीदा जी ਬਿਲਕੁਲ ਸਰ ਇੱਥੇ ਅੱਗੇ ਰੈਡੋਮੀਟਰ ਵੀ ਲੱਗੇ ਹੋਏ ਸੀ ਜਿਹੜੇ ਚੈਕਿੰਗ ਕਰਦੇ ਸੀ ਜਿਹੜੇ ਬੀ ਵੱਜਦੇ ਸੀ ਉਹ ਵੀ ਨਹੀਂ ਲੱਗੇ ਹੋਏ ਉਹ ਖਰਾਬ ਹੋਏ ਆ ਦੁਬਾਰਾ ਲਵਾਉਣਗੇ ਗਏ ਹੋਏ ਆ ਜੀ ਅਧਿਕਾਰੀਆਂ ਨੂੰ ਉਹ ਆਰਪੀਐਫ ਨੇ ਲਵਾ ਆਰਪੀਐਫ ਦੇ ਆਰਪੀਐਫ ਨਾਲ ਇਹਨਾਂ ਨੇ ਕਰਨੇ ਆ ਬਾਕੀ ਚੈਕਿੰਗ ਪੂਰੀ ਕੀਤੀ ਜਾ ਰਹੀ ਹੈ ਜੀ ਕੀ ਨਾਮ ਹੈ ਤੁਹਾਡਾ ਹਰਬੰਸ ਸਿੰਘ ਜੀ ਕਿੱਥੇ ਜਾਣਾ ਤੁਸੀਂ ਮੈਂ ਫਾਜ਼ਿਲਕਾ ਜਾਣਾ ਜੀ ਕਿੰਨੀ ਕੁ ਫੋਰਸ ਨੂੰ ਰੇਲਵੇ ਸਟੇਸ਼ਨ ਤੇ ਪੁਲਿਸ ਦੀ ਜਿਹੜੀ ਚੌਕਸੀ ਵੇਖਦੀ ਵੀ ਤੁਹਾਨੂੰ ਬਸ ਠੀਕ ਠਾਕ ਹੀ ਹੈ ਜੀ ਇੰਨੀ ਹੈ ਨਹੀਂ ਜੀ ਇਹ ਬਹੁਤ ਵੱਡਾ ਸਟੇਸ਼ਨ ਹੈ ਜਿਹੜਾ ਹਾਂਜੀ ਹਾਂਜੀ ਕੀ ਤੁਹਾਨੂੰ ਕੀ ਲੱਗਦਾ ਕਿੰਨੀ ਕੁ ਚੈਕਿੰਗ ਹੋਣੀ ਚਾਹੀਦੀ ਹੈ ਚੈਕਿੰਗ ਇੱਥੇ ਫੁੱਲ ਜਿਸ ਸਿਟੀ ਹੈ ਨਾ ਸਿਟੀ ਦੇ ਕਾਰਨ ਤਾਂ ਇੱਥੇ ਫੁੱਲ 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 ਤੋਂ ਫੁੱਲ ਚੈਕਿੰਗ ਹੋਣੀ ਚਾਹੀਦੀ ਹੈ ਭਾਜੀ ਤੁਹਾਡੀ ਕੋਈ ਰਸਤੇ ਚੈਕਿੰਗ ਹੋਈ ਜਾਂ ਨਹੀਂ ਜੀ ਉਹ ਥੋੜਾ ਚੈਕਿੰਗ ਕੀਤੀ ਹੈ ਕੋਈ ਨਹੀਂ ਜੀ ਸੁਰੱਖਿਆ ਵਧਣੀ ਚਾਹੀਦੀ ਤੁਹਾਨੂੰ ਲੱਗਦਾ ਵਧਣੀ ਚਾਹੀਦੀ ਹੈ ਬਾਕੀ ਉਹ ਲਾਪਰਵਾਹੀ ਕਰ ਰਹੇ ਜਿੰਨਾ ਕੁਛ